दौड़ी तो निकले कोई नहीं सामने है। है? कोई नहीं निकला क्यों चेक करने ना काम में तो पा दे ਕਿਟ ਤੇ 1500 ਰੁਪਏ ਖੁਦਾ ਦਾ ਖੌਫ ਤੇ ਰੁਪਏ ਦੀ ਕਾਬਲੀ ਹੈ ਨਵੀਂ ਕਾਬਲੀ ਕਾਬਲੀ ਵੀ ਯਾਰ ਇਤਨੇ ਵੀ ਪੈਸੇ ਨਹੀਂ ਹੁੰਦੇ ਇਹ ਕੋਈ ਮੈਂ ਕੋ ਬੱਚਾ ਨਹੀਂ ਯਾਰ ਉਹ ਤੁਸੀਂ ਗੱਲ ਕਰ ਲੈ ਪਹਿਲੇ ਕੁਝ ਦੱਸ ਕਰ ਲੈ ਮੈਂ ਤੈਨੂੰ ਖੈਰ ਨਾ ਮੁੱਲ ਲਾ ਗਿਆ ਨਾਲ ਮੈਨੂੰ ਕਿ ਬੰਦੇ ਨੂੰ ਕਿੰਨੇ ਦੇ ਗਿਆ ਮੈਂ ਤਾਂ ਰੁਪਏ ਨਹੀਂ ਦੇ ਗਿਆ ਚਲੋ ਕਾਗਲ ਨੇ ਕਿਹਾ ਹੁਣ ਮੈਂ ਦੱਸਾਂ ਮਕਾਨ ਨੂੰ ਅਲੱਗ ਕੰਮ ਦਾ ਕਾਫੀ ਕਰ घोड़ा किसना लाई है ना
ਅੱਜਕਲ ਕੰਮ ਹੋਈ ਬੰਦਾ ਜਿਹੜਾ ਜਾਣਦਾ ਉਹ ਹੀ ਕਰਦਾ ਹਰ ਬੰਦੇ ਦੇ ਵਾਸਤੇ ਗੱਲ ਮਾਰ ਜਾਂਦਾ ਇਧਰ ਵੇ ਦੀਮ ਕਿਧਰ ਹੈ ਕਦੋਂ ਆ ਸੀ ਪਿਛਲੇ ਐਤਵਾਰ ਵੀ ਨਹੀਂ ਸੀ ਉਹ ਨਹੀਂ ਸੀ ਉਹ ਯਾਰ ਇੰਨੀ ਦੇਰ ਮੇਰੀ ਗੱਡੀ ਦਾ ਕੰਮ ਹੋਵੇ ਯਾਰ ਬਾਅਦ ਤੇਰੀ ਗੱਡੀ ਇਸ ਬਾਅਦ ਹੀ ਖੋਲ ਸਕਦਾ ਮੈਂ ਤੁਹਾਨੂੰ ਕੀ ਕਿਹਾ ਸੀ ਇਸ ਗੱਡੀ ਦੇ ਘੰਟਾ ਕਿਧਰੇ ਵੀ ਨਹੀਂ ਹੈ ਘੰਟਾ ਕਿੱਥੋਂ ਹੈ 10 ਮਿੰਟ ਦੇ ਇੱਥੇ ਹੋ ਗਏ ਨੇ ਪਹਿਲੇ ਘੰਟਾ ਹੀ ਹੁੰਦਾ ਉਹਦਾ ਹਾਂ ਉਹ ਮਕੈਨਿਕ ਦੇ ਫਿਰ ਘੰਟਾ ਹੀ ਕੰਮ ਕਰਦੇ ਵੀ ਉਹ ਨਹੀਂ ਜਾਣਾ ਉਹਨਾਂ ਦੀ ਗੱਡੀ ਜਦੋਂ ਖੁੱਲਦੀ ਉਹਦਾ ਨਿੱਕੇ ਮੋਟੇ ਟਿਕ ਤੋਂ ਬਾਅਦ ਲੱਗਾ ਇਸਲਾਮਾਬਾਦ ਅਗਰ ਦੋ ਹਫ਼ਤੇ ਦਾ ਟਾਈਮ ਹੋਵੇ ਉੱਥੇ ਹੀ ਹੁੰਦੇ ਹੋ ਨਹੀਂ ਮੈਂ ਟ੍ਰੈਫਿਕ ਨਹੀਂ ਕਜ਼ਨ ਮੇਰਾ ਉਹਨੇ ਬਣਵਾਉਣਾ ਤੇ ਕੋਈ ਘਾਟਾ ਵਾਦਾ ਬੇਟਾ ਜੀ ਘਾਟਾ ਵਾਦਾ ਹੁਣ ਮੇਰਾ ਤੇ ਬਣਿਆ ਹੈ DLS ਨਹੀਂ ਹੈ DLA ਡਰਾਈਵਿੰਗ ਲਾਇਸੈਂਸ ਅਥਾਰਟੀ ਮੋਟਰ ਵੇ ਮੇਰਾ ਮੈਂ ਤੇ ਉੱਥੋਂ ਬਣਾਇਆ ਇਹ ਪੜ ਲਾਂਗੇ ਤੁਸੀਂ ਆ ਜਾ ਕਰ ਲਾਂਗੇ ਪਰਸਨਲੀ ਅਗਰ ਕੋਈ ਫੈਮਿਲੀ ਚ ਹੋਵੇ ਤੇ ਕਿੰਨਾ ਹੀ ਕਰੋਗੇ ਵੈਸੇ 5000 ਉੱਤੇ ਰੱਖਿਆ ਜਿਹੜਾ ਕਰਨਾ ਆਪੇ ਛੱਡਣਾ ਨਹੀਂ ਮਤਲਬ ਇੱਕ ਦਿਨ ਹੀ ਨਾ ਤੁਸੀਂ ਇਹ ਵੇ ਕਿ ਅਗਰ ਟੈਸਟ ਨਾ ਵੀ ਪਾਸ ਹੋਇਆ ਤਾਂ ਫਿਰ
ਡਰਾਈਵਿੰਗ ਨਹੀਂ ਆਉਂਦੀ ਮਤਲਬ ਕਿ ਇੱਕ ਫਰਜ਼ ਕਰੋ ਨਾ ਨਹੀਂ ਨਹੀਂ ਉਹ ਤਾਂ ਡਰਾਈਵਿੰਗ ਬਣਾਉਣਾ ਹੀ ਨਹੀਂ ਉਹ ਲੱਖ ਰੁਪਈਆ ਵੀ ਦੇਵੇ ਨਹੀਂ ਬਣਾਉਣਾ ਮਰਿਆ ਹੋਵੇ ਉੱਥੇ ਜਨਾਬ ਤੇ ਫਿਰ ਡਰਾਈਵਿੰਗ ਆਉਂਦੀ ਹੋਵੇ ਤੇ ਫਿਰ ਲਾਇਸੈਂਸ ਫਿਰ 5000 ਦਾ ਕਿਉਂ ਸਰ ਗੱਲ ਇਹ ਇੱਕ ਦਿਨ ਇੰਨਾ ਤੇ ਬੰਦਾ ਹੋਵੇ ਨਾ ਕੰਮ ਅਸ ਕੰਮ ਨਹੀਂ ਇਹ ਨਹੀਂ ਕਿ ਬਿਲਕੁਲ ਹੀ ਉਹ ਮਤਲਬ ਕਿ ਫੇਲ ਤੇ ਵੀ ਹੁੰਦੇ ਨਾ ਤੇ ਮਰਿਆ ਹੋਵੇ ਸਾਡੀ ਸਾਰੀ ਉਮਰ ਅਸੀਂ ਬਦਦੁਆਵਾਂ ਲੈਂਦੇ ਜਿਸ ਤਰ੍ਹਾਂ ਦਿੱਤਾ ਸਾਰਿਆਂ ਨੂੰ ਫਰਜ਼ ਕਰੋ ਇਹ ਫੇਲ ਹੋ ਗਏ ਜਾ ਕੇ ਇਹਨਾਂ ਦੀ ਗੱਡੀ ਚਲਾਉਣ ਆਉਣੀ ਫਰਜ਼ ਕਰੋ ਇੱਕ ਮਿਸਾਲ ਹੈ ਨਾ ਬੰਦੇ ਨੂੰ ਗੱਡੀ ਨਾ ਚਲਾਉਣੀ ਹੁੰਦੀ ਤਾਂ ਮੈਂ ਉਹਨੂੰ ਹੱਥ ਵੀ ਨਹੀਂ ਲਾਉਂਦਾ ਉਹਨੂੰ ਕਹਿੰਦਾ ਘਰ ਜਾ ਜਿਹੜੇ ਟੈਸਟ ਦੇਣ ਆਉਂਦੇ ਨੇ ਜਿਹੜੇ ਫੇਲ ਹੋ ਜਾਂਦੇ ਉਹਨਾਂ ਨੂੰ ਤਾਂ ਲਾਇਸੈਂਸ ਦੇ ਦੇਣ ਨਾ ਸਿਫਾਰਿਸ਼ ਸਾਰਿਆਂ 'ਚੋਂ ਪਾਸ ਕਰਵਾ ਦਿਆਂਗਾ ਡਰਾਈਵਿੰਗ ਲਾਇਸੈਂਸ 'ਚੋਂ ਫੇਲ ਹੋਣਾ ਮਨਾ ਮੇਰਾ ਸਖਤੀ ਨਾਲ ਕੀ ਕਹਿੰਦੇ ਲਾਇਸੈਂਸ ਮੈਂ ਕਾਰ ਦੇ ਕੇ ਆਏ ਸਨ ਮੋਟਰਵੇ 'ਚ ਹੁੰਦਾ ਉਹ ਆਫੀਸਰ ਸਰ ਠੀਕ ਮੇਰਾ ਉਹ ਕਜ਼ਨ ਏ ਜੀ ਪੀ ਆਰ 'ਚ ਆਉਂਦਾ ਅਕਾਊਂਟਰ ਜਨਰਲ ਰਿਵਿਊ ਕੋ ਅਤੇ ਉਹਦਾ ਉਹ ਸਾਰੀ ਤਨਖਾਹਾਂ ਉਹ ਹੀ ਦਿੰਦੇ ਸਰਕਾਰੀ ਮੁਲਾਜ਼ਮ ਨੂੰ ਵੀਡੀਓ ਬੰਦ ਕਰ ਪਾਸ ਕਰ ਦੇਣ